ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਅਤੇ ਫਾਈਨਲੀ ਉਹ ਤਰੀਕ ਆ ਗਈ, ਉਹ ਦਿਨ ਆ ਗਿਆ, ਸਵੇਰ ਦੇ 4:30 ਵਜੇ ਆ, ਅਤੇ 22 ਤਰੀਕ 11ਵਾਂ ਮਹੀਨਾ 2024। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ। ਅੱਜ ਤੁਹਾਨੂੰ ਪਤਾ ਵੀ 22 ਤਰੀਕ ਹੈ, ਅਤੇ ਅੱਜ ਹੈਗਾ ਭੈਣ ਦਾ ਵਿਆਹ। ਸਵੇਰ ਦੇ 4:30 ਹੋਏ ਆ, ਅਤੇ ਮੈਨੂੰ ਜੋ ਥੋੜ੍ਹੇ ਨਿਠਾਤਾ ਸੀਗਾ, ਨਹਾ ਨੂੰ ਲਈਆਂ ਆ ਰਹੀ ਹਾਂ ਮੈਂ, ਗੱਡੀ ਸਟਾਰਟ ਕੀਤੀ ਹੋਈ ਹੈ। ਮੈਂ ਕਿਹਾ ਚਲ ਥੋੜ੍ਹੀ ਜਿਹੀ ਗਰਮ ਹੋ ਜੂਗੀ, ਅਤੇ ਮੈਂ ਹੁਣ ਇਹਨਾਂ ਨੂੰ ਛੱਡ ਕੇ ਆਉਣ ਲੱਗਾ ਪੈਲਸ, ਕਿਉਂਕਿ ਪੈਲਸ ਦੇ ਵਿੱਚ ਹੀ ਜਿਹੜਾ ਆ ਰੂਮ ਦੇ ਵਿੱਚ ਤਿਆਰ ਹੋਣਗੀਆਂ। ਦੀਦੀ ਹੋਣੀਆਂ, ਜੋਤ ਹੋਣੀਆਂ ਨੇ ਤਿਆਰ ਹੋਣੀਆਂ, ਮਨਦੀਪ ਨੇ ਤਿਆਰ ਹੋਣਾ, ਵੀਰਪਾਲ ਨੇ ਤਿਆਰ ਹੋਣਾ, ਅਤੇ ਸੋਨੀਆ ਹੋਣੀ, ਮਤਲਬ ਜਿਹੜੇ ਸਲੂਨ ਵਾਲੇ ਆ, ਉਹ ਆਏ ਹੋਏ ਨੇ, ਅਤੇ ਇਹਨਾਂ ਨੂੰ ਮੈਂ ਸਾਰੀਆਂ ਨੂੰ ਹੁਣ ਉੱਥੇ ਛੱਡਿਆਊਂਗਾ। ਤਕਦੀਰ ਸੁੱਤੀ ਪਈ ਆ ਹਜੇ, ਮੰਮੀ ਨੂੰ ਕਿਹਾ ਵੀ ਤਕਦੀਰ ਨੂੰ ਆਪਦੇ ਨਾਲ ਪਾਲਾ, ਅਤੇ ਮਨਪ੍ਰੀਤ ਭੈਣ ਦਾ ਮੁੰਡਾ ਛੋਟਾ, ਉਹ ਲੇਟ ਥੋੜ੍ਹਾ ਉੱਠਣਗੇ, ਅਤੇ ਉਹ ਫਿਰ ਬਾਅਦ 'ਚੋਂ ਚੱਲ ਜਾਣਗੇ। ਅਮਰੀਕੀ ਬਾਈ ਸੁੱਤਾ ਪਿਆ, ਦਿਲਖੁਸ਼ ਵੀ ਸੁੱਤਾ ਪਿਆ, ਅਤੇ ਨਾਲ ਮੁੰਡਾ ਆਪਣਾ ਜਿਹੜਾ ਹੈਗਾ ਉਹ ਵੀ ਸੁੱਤਾ ਪਿਆ। ਮੈਂ ਕਿਹਾ ਵੀ ਤੁਸੀਂ ਉੱਠ ਕੇ ਕੀ ਕਰਨਾ, ਮੈਂ ਇਹਨਾਂ ਨੂੰ ਛੱਡਿਆਊਂਗਾ, ਅਤੇ ਆਪਾਂ ਜਿਹੜਾ ਆ ਹੁਣ ਇਹਨਾਂ ਨੂੰ ਛੱਡ ਕੇ ਉੱਥੇ ਆ ਜਾਵਾਂਗੇ, ਅਤੇ ਆ ਕੇ ਫਿਰ ਆਪਾਂ ਵੀ ਨਹਾਵਾਂ ਧੋਵਾਂਗੇ, ਅਤੇ ਆਪਾਂ ਵੀ ਵਾਪਸ 7 ਵਜੇ ਦੇ ਨੂੰ ਜਾਣਾ। ਤਕਦੀਰ ਨੂੰ ਆਪਾਂ ਜਿਹੜਾ ਆ ਲੈ ਜਾਵਾਂਗੇ, ਕਿਉਂਕਿ ਫਿਰ ਤਕਦੀਰ ਉੱਥੇ ਜਾ ਕੇ ਤਿਆਰ ਕਰ ਦਾਂਗੇ ਇਹਨੂੰ। ਅਤੇ ਬਾਕੀ ਕਰਦੇ ਜੀ ਸ਼ੁਰੂ ਅੱਜ ਦਾ ਵਲੌਗ। ਅੱਜ ਫਿਰ ਹੁਣ ਭੱਜ ਨੱਠ ਚੱਲ ਪਈਏ, ਬਸ ਸਾਢੇ ਕੁ ਬਾਰਾਂ ਸੁੱਤੇ ਸੀਗੇ, ਅਤੇ ਬਸ 4:15 ਜੋਤ ਦਾ ਫੋਨ ਵੱਜ ਪਿਆ, ਅਤੇ ਬਸ 4.25 ਘੰਟੇ ਸੁੱਤੇ ਹਾਂ ਬਸ। ਚਲੋ ਕੋਈ ਗੱਲ ਨਹੀਂ, ਇੰਨਾ ਕੁ ਵੀ ਬਹੁਤ ਆ, ਅਤੇ ਇੰਨੇ ਕੁ ਲਈ ਇੰਨਾ ਕੁ ਨਾਲ ਸਾਰਾ ਦਿਨ ਭੱਜੇ ਫਿਰਾਂਗੇ, ਅਤੇ ਬਾਕੀ ਫਿਰ ਵਿਆਹਾਂ 'ਚ ਤਾਂ ਹੀ ਹੁੰਦਾ। ਅਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ, ਫਿਰ ਵੇਖਦੇ ਹਾਂ ਫਿਰ ਅੱਜ ਕੀ ਬਣਦਾ ਜੁੜਦਾ। ਗੁੱਡ ਮੋਰਨਿੰਗ ਗਾਈਸ ਵੀਰੇ, ਸਵੇਰ ਦੇ ਵੱਜ ਗਏ ਆ, ਕਿੰਨੇ ਵੱਜ ਗਏ? 4:30, ਅਤੇ ਅਸੀਂ ਸਾਰੇ ਚੱਲੇ ਹਾਂ ਗੁੱਡ ਮੋਰਨਿੰਗ ਸਾਰਿਆਂ ਨੂੰ, ਹੋਪ ਸਾਰੇ ਜਣੇ ਬਹੁਤ ਵਧੀਆ ਹੋਣਗੇ। ਅਤੇ ਅੱਜ ਆਪਾਂ ਹੁਣ ਚੱਲੇ ਹਾਂ ਸਵੇਰੇ ਸਵੇਰੇ ਪੈਲਸ ਵੱਲ ਨੂੰ, ਕਿਉਂਕਿ ਸਾਰਿਆਂ ਨੇ ਰੈਡੀ ਹੋਣਾ ਆ। ਦੀਦੀ ਨੇ, ਦੀਦੀ ਮਨਦੀਪ ਇੱਕ ਜਿਨ੍ਹਾਂ ਨੇ ਹੇਅਰ ਸਟਾਈਲ ਕਰਨਾ ਆ ਉਹ ਰਹਿ ਗਏ ਆ, ਮੈਂ ਵੀਰਪਾਲ, ਅਤੇ ਫਿਰ ਸਟੋਰੀ ਬਾਏ ਸੋਨੀਆ ਆਪਣੇ ਨਾਲ ਚੱਲੇ ਦੀਦੀ, ਠੀਕ ਆ। ਅਤੇ ਮੈਂ ਵੀ ਗੱਡੀ 'ਚ ਵੇਟ ਕਰਦੇ ਹਾਂ, ਸਾਰੇ ਜਾਣੇ ਆਟੋ ਗਏ ਸੀ, ਮੈਨੂੰ ਲੱਗਦਾ ਸੀ 3:30 ਵਜੇ ਆਟੋ ਗਏ ਸੀ। ਮੈਂ ਆ ਧੋ ਕੇ ਫਰੈਸ਼ ਹੋ ਕੇ ਸਾਰਿਆਂ ਨੂੰ ਹੁਣ ਮੈਂ ਕਦੀ ਵਾਰੀ ਵਾਰੀ ਛੱਡ ਕੇ ਆਉਣਗੇ। ਇੱਥੋਂ ਆਪਾਂ ਨੂੰ ਨੀਅਰ ਹੀ ਆ, ਜਿੱਦਾਂ ਕਿ ਆਪਾਂ ਪਹਿਲਾਂ ਵੀ ਦੱਸਿਆ ਵੀ 20-25 ਮਿੰਟ ਦਾ ਹੀ ਰਾਹ ਆ, ਇਸ ਕਰਕੇ ਜਿਹੜਾ ਸਾਨੂੰ ਪਹਿਲਾਂ ਮੈਨੂੰ ਵੀਰਪਾਲ ਨੂੰ ਅਤੇ ਦੀਦੀ ਨੂੰ ਛੱਡੇ ਆਉਣਗੇ, ਉਹਨੇ ਮੇਕਅਪ ਸਟਾਰਟ ਹੋ ਜੂਗਾ, ਫਿਰ ਦੀਦੀ ਮਨਦੀਪ ਅਤੇ ਉਹ ਹੇਅਰ ਸਟਾਈਲਰ ਵਾਲੇ ਆ ਜਿਹੜੇ ਉਹ ਆ ਜਾਣਗੇ, ਅਤੇ ਅਸੀਂ 6 ਜਣੀਆਂ ਪਹਿਲਾਂ ਉੱਥੇ ਚੱਲਣੀ ਆ, ਚੱਲ ਜਾਵਾਂਗੇ। ਮਨਪ੍ਰੀਤ ਨੇ ਥੋੜ੍ਹਾ ਲੇਟ ਆਉਣਾ ਆ, ਕਿਉਂਕਿ ਜੁਝਾਰ ਕਰਕੇ ਤਕਦੀਰ ਮੈਂ ਘਰ ਛੱਡੇ ਆਈ ਹਾਂ, ਹੁਣ ਦੀਦੀ ਹੁਣੇ ਬੈਠੇ ਆ, ਫਿਰ ਮੰਮੀ ਕੋਲ ਬਹਿ ਜਾਣਗੇ, ਜੇ ਉਹਨੂੰ ਬੋਟਲ ਦੀ ਲੋੜ ਪਈ ਤਾਂ ਮੰਮਾ ਬੋਟਲ ਬਣਾ ਕੇ ਦੇ ਜਾਣਗੇ, ਉਦੋਂ ਤੱਕ ਮਹਿਕਦੀਪ ਨੇ ਵਾਪਸ ਆ ਹੀ ਜਾਣਾ ਸਾਨੂੰ ਛੱਡ ਕੇ, ਫਿਰ ਮਹਿਕਦੀਪ ਹੀ ਤਕਦੀਰ ਨੂੰ ਰੈਡੀ ਕਰਕੇ ਉੱਥੇ ਲੈ ਆਉਣਗੇ। ਅਤੇ ਇੱਥੇ ਮਹਿਕਦੀਪ ਖੜ੍ਹੇ ਆ ਗੱਡੀ ਕੋਲ, ਠੰਡ ਬਹੁਤ ਜ਼ਿਆਦਾ ਆ। ਇਹੀ ਬੰਦਾ ਹੁੰਦਾ ਜਿਹੜਾ ਸਾਨੂੰ ਸਲੂਨ ਛੱਡ ਕੇ ਆਉਂਦਾ, ਸਲੂਨ ਲੈ ਕੇ ਆਉਂਦਾ। ਗੁੱਡ ਮਾਰਨਿੰਗ ਜੀ, ਸਾਡੀ ਵੇਟ ਕਰਦਾ ਮਹਿਕਦੀਪ ਹੀ ਹੁੰਦਾ। ਆ ਦੇਖੋ ਬਹੁਤ ਧੰਨਵਾਦ, ਚੱਲ ਬਹਿ ਆ ਜਾ,
ਲਓ ਜੀ ਇੱਦਾਂ ਐਡਜਸਟ ਹੋ ਕੇ ਜਾਣਾ ਸੀ। ਆਈ ਗੇਅਰ ਵੀ ਪਾਉਣੇ ਉਹਨੇ। ਐ ਕਰ ਖੜ ਜਾ, ਖੜੀ ਹੋ ਤੂੰ, ਖੜੀ ਹੋ। ਮੇਰੀ ਗੱਲ ਸੁਣੋ, ਛੋਟੀ ਆ ਹਾਈਟ ਪਰ ਐ ਨਹੀਂ, ਉਹ ਛੋਟੀ ਕੁੜੀ ਕਹਿੰਦੀ ਰਜਾਈ ਹੈ ਨਹੀਂ, ਕਹਿੰਦੀ ਕੰਬਲ, ਕਹਿੰਦੀ ਕੰਬਲ ਹੈ ਨਹੀਂ ਐਡਾ। ਆ ਤਾਂ ਸੌਂ ਗਈ ਆ, ਹਾਂ ਸੌਂ ਸਕਦੇ ਸੀ, ਲਾਲੀ ਦੇ ਵਿਆਹ ਨੂੰ ਇੱਥੇ ਪੈ ਜਾਂਗੇ। ਜ਼ਿਲ੍ਹਾ ਬਹਾਦਰਗੜ੍ਹ ਦੇ ਵਿੱਚ ਜੋ ਧੋਣੀਆਂ ਨੂੰ ਛੱਡਤਾ ਇੱਥੇ, ਤੇ ਹੁਣ ਆਪਾਂ ਚੱਲ ਗਏ ਵਾਪਸ। ਠੰਡ ਬਹੁਤ ਆ ਪਈ ਓਏ, ਚਾਰ ਨਿਕਲਦੀ ਆ ਠੰਡ ਨਾਲ। ਹੁਣ ਜਾਣਾ ਮੈਂ ਵਾਪਸ, 5:30 ਹੋ ਗਏ, ਅੱਧਾ ਘੰਟਾ ਫਿਰ ਲੱਗਣਾ ਜਾਣ ਦਾ। ਅਸੀਂ ਬੰਦ ਕਰਕੇ ਅਤੇ ਹੀਟਰ ਲਾਈਏ ਫੁੱਲ 'ਤੇ, ਹੀਟਰ ਕਿਉਂ ਹਟੂਗੀ ਠੰਡ। ਅਤੇ ਹੁਣ ਮੈਂ ਜਾਣਾ ਵਾਪਸ, ਅਤੇ ਫਿਰ ਆਪਾਂ ਜਾ ਕੇ ਨਹਾਵਾਂਗੇ। ਪਹਿਲਾਂ ਮੈਂ ਵਲੌਗ ਐਡਿਟ ਕਰੂੰਗਾ ਅਤੇ ਫਿਰ ਮੈਂ ਦੂਜਾ ਆਪਣਾ ਨਹਾਉਂਗਾ, ਅਤੇ ਨਹਾ ਕੇ ਜਿਹੜਾ ਆ ਆਪਾਂ ਪੱਗ ਪੁੱਗ ਬੰਨ ਕੇ ਆ ਜਾਵਾਂਗੇ ਵਾਪਸ। ਬਾਈ ਨੇ ਫਿਰ ਗੇਟ ਉੱਤੇ ਕਹਿ ਦਿੰਦੇ ਆ ਸਲੂਨ ਵਾਲੇ, ਇੰਨੇ ਪੈਸੇ ਲੈਂਦੇ, ਇੰਨੇ ਪੈਸੇ ਲੈਂਦੇ ਆ, ਤਾਂ ਜਾਮ ਦੇਖੋ ਤਾਂ ਵਿਚਾਰਿਆਂ ਨੂੰ ਕਿੰਨਾ ਚੱਕਣਾ ਪੈਂਦਾ। ਪਟਾ ਰਹੀ ਆ ਮੇਰਾ ਤਾਂ ਮੇਕਅਪ ਸਟਾਰਟ ਹੋ ਗਿਆ। ਸੋ ਆਹ ਵਾਲੀ ਮੇਰੀ ਡਰੈਸ ਆ, ਰਸਟ ਕਲਰ, ਪਿੰਕ ਕਲਰ ਦਾ ਵਰਕ ਹੋਇਆ ਇਹਦੇ ਵਿੱਚ, ਅਤੇ ਇੱਧਰ ਸੰਗਤਾਂ ਸੁੱਤੀਆਂ ਪਈਆਂ ਆ। ਪਹਿਲਾਂ ਮੇਰਾ ਮੇਕਅਪ ਹੋਊਗਾ, ਉਦੋਂ ਬਾਅਦ ਦੀਦੀ ਦਾ ਸ਼ੁਰੂ ਹੋਊਗਾ, ਕਿਉਂਕਿ ਫਿਰ ਦੀਦੀ ਤੋਂ ਬਾਅਦ ਮਨਦੀਪ ਦਾ ਹੋਊਗਾ। ਇੱਧਰ ਸਾਰੀ ਵੈਨਿਟੀ ਖੋਲ੍ਹ ਕੇ ਰੱਖੀ ਹੋਈ ਆ, ਅਤੇ ਮਹਿਕਦੀਪ ਘਰ ਚੱਲ ਗਏ, ਉਹਨਾਂ ਨੇ ਤਕਦੀਰ ਨੂੰ ਲੈ ਕੇ ਆਉਣਾ ਇੱਥੇ, 7:00 ਨੂੰ ਪਹੁੰਚ ਜਾਣਗੇ। ਉਸ ਤੋਂ ਬਾਅਦ ਉਨੇ ਟਾਈਮ 'ਚ ਮੈਂ ਰੈਡੀ ਹੋ ਜਾਊਂਗੀ, ਫਿਰ ਤਕਦੀਰ ਨੂੰ ਰੈਡੀ ਕਰਾਂਗੇ। ਤਕਦੀਰ ਨੂੰ ਰੈਡੀ ਕਰਨੇ ਤੋਂ ਬਾਅਦ ਫਿਰ ਮੈਨੂੰ ਹੋਰ ਕੰਮ ਕਾਰ ਹੈਗੇ ਆ, ਇਸ ਕਰਕੇ ਮੈਂ ਪਹਿਲਾਂ ਤਿਆਰ ਹੋਣ ਲੱਗੀ ਹਾਂ, ਕਿਉਂਕਿ ਸਾਰਾ ਸਮਾਨ ਮੈਨੂੰ ਪਤਾ ਕਿਹੜਾ ਕਿੱਥੇ ਪਿਆ, ਕਿਹੜਾ ਕਿਹਨੂੰ ਫੜਾਉਣਾ ਆ। ਅਤੇ ਦੀਦੀ ਕਹਿੰਦੇ ਵੀ ਤੂੰ ਪਹਿਲਾਂ ਤਿਆਰ ਹੋ ਜਾ, ਉਸ ਤੋਂ ਬਾਅਦ ਆਰਾਮ ਆਰਾਮ ਨਾਲ ਬ੍ਰਾਈਡ ਰੈਡੀ ਹੋ ਜਾਊਗੀ। ਇੱਧਰ ਕੀਤੀ ਹੋਈ ਆ, ਚੋਤ ਰੈਡੀ ਹੋ ਰਹੀ ਆ। ਅਸੀਂ ਆਖਿਆ ਬਾਹਰ ਜਾ ਕੇ ਥੋੜੀ ਲੋਕੇਸ਼ਨ, ਇੱਧਰ ਵਲੌਗਾਂ 'ਚ ਵਲੌਗ, ਅਸੀਂ ਆਖਿਆ ਥੋੜ੍ਹਾ ਚੈੱਕ ਕਰ ਆਈਏ, ਜਾ ਕੇ ਬਾਹਰ ਦੇਖ ਲਈਏ ਕਿੱਦਾਂ ਲੱਗ ਰਿਹਾ। ਟੇਬਲ ਤਾਂ ਹਜੇ ਟੇਢੇ ਕੀਤੇ ਪਏ ਆ, ਹਜੇ ਤਾਂ ਉਹ ਸਟੇਜ ਵਗੈਰਾ ਲਾਉਣਾ ਉਹਨਾਂ ਨੇ ਪ੍ਰੋਪਰ ਤਿਆਰ ਕਰਨਾ, ਹਜੇ ਟੇਬਲ ਵਗੈਰਾ, ਹਜੇ ਟੇਬਲ ਵਗੈਰਾ ਸਾਰੇ ਉਹਨਾਂ ਨੇ ਸੈੱਟ ਕਰਨੇ ਆ। ਨਹੀਂ ਆਹ ਵਧੀਆ ਚੀਜ਼ ਦੇਖਿਓ, ਇੱਧਰ ਵੈਸੇ ਆ, ਇੱਧਰ ਅੰਗਲਾ ਪੰਜਾਬ,
ਹਾਂ ਇੱਧਰ ਇੱਧਰ ਹਾਂ ਸਾਰਾ ਬਣਿਆ ਹੋਇਆ ਹੈ ਸ਼ੂਟ ਵਾਸਤੇ। ਲੋਕੇਸ਼ਨ ਸੋਹਣੀ ਹੈ ਨਾ। ਇੱਥੇ ਤੂੰ ਤਾਂ ਸਕੂਟਰ ਤੇ ਬੈਠ ਕੇ ਫੋਟੋ ਕਰਾਉਣੀ ਹੈ ਇੱਧਰ। ਹਾਂ ਰੰਗਲੇ ਪੰਜਾਬ 'ਚ ਵੀ ਆਵਾਂਗੇ, ਆ ਸਕੂਟਰ ਵੀ ਚਲਾਵਾਂਗੇ। ਚਾਰ ਸੀਟਾਂ ਲੱਗੀਆਂ, ਇੱਥੇ ਸਟੇਜ ਲੱਗੂਗੀ, ਉੱਧਰ ਉਹ ਵੀ ਹੈਗੇ, ਆਰਕੈਸਟਰਾ ਵੀ ਹੈਗਾ। ਹਾਂ ਠੀਕ ਹੈ, ਤਾਂ ਕਰਕੇ ਉੱਧਰ ਇੱਧਰ ਅੰਦਰ ਰੈਸਟੋਰੈਂਟ ਬਣਿਆ ਹੋਇਆ, ਉੱਧਰ ਸਾਰਾ ਖਾਣ ਪੀਣ ਬਾਹਰ, ਉੱਧਰ ਸਵੀਮਿੰਗ ਪੂਲ ਵਗੈਰਾ ਬਣੇ। ਹਾਂ ਆਪਣੇ ਇੱਧਰ ਸਾਰੇ ਇੱਥੇ ਸਟਾਲ ਲੱਗਣਗੇ ਫਾਸਟ ਫੂਡ ਦੇ, ਪਰ ਜਿਹੜੀ ਚਾਹ ਪਾਣੀ ਹੋਊਗੀ ਉਹ ਉੱਧਰ ਲੱਗਿਆ ਹੋਇਆ ਹਾਲ ਆ। ਅੱਛਾ ਹਾਲ 'ਚ ਚਾਹ ਪਾਣੀ 'ਚ ਇੱਧਰ ਸਾਰੇ ਇੱਥੇ ਫਾਸਟ ਫੂਡ ਹੈ ਓਕੇ ਸਾਰਾ, ਤੇ ਇੱਥੇ ਸਾਰੇ ਆਹ ਟੇਬਲ ਵਗੈਰਾ ਕੁਰਸੀਆਂ ਵਗੈਰਾ ਇੱਥੇ ਲੱਗਣਗੀਆਂ। ਦੀਰ ਕੇ ਦਾ ਚਾਹ ਚੋ ਪੀ ਆਏ ਆਪਾਂ, ਤੇ ਚਾਹ ਵਾਲੇ ਪੀਣੀ ਆਪਾਂ ਤਾਂ ਉੱਥੇ ਇੱਥੇ ਪੀਵਾਂਗੇ ਜੀ। ਤਾਜ਼ੀ ਚਾਹ ਬਣਾ ਆ ਜਾ ਇੱਧਰ ਤੇ ਚੱਲਦੇ ਹਾਂ ਬਣਾਉਣਗੇ ਨਾ, ਪਤਾ ਹੁਣ ਥੋੜੇ ਟਾਈਮ ਤੱਕ ਹੋ ਸਕਦਾ ਲਾ ਦੇਣ। ਕੋਈ ਨਹੀਂ ਚਾਹ ਤਾਂ ਪੀਣੀ ਹੈ ਤਾਂ ਨਹੀਂ ਇਹ ਇੱਕ ਬੱਕਾ ਜਰੀਨ। ਹਾਂ ਬਹੁਤ ਸੋਹਣਾ ਬਣਿਆ ਆਹ ਅੰਦਰ, ਇੱਦਾਂ ਦਾ ਹਾਲ ਬਣਿਆ ਹੋਇਆ, ਇੱਥੇ ਲੱਗੂਗੀ ਚਾਹ। ਇੱਥੇ ਚਾਹ ਪਾਣੀ ਲੱਗੂਗਾ, ਇੱਥੇ ਇੱਥੇ ਰੋਟੀ, ਇੱਥੇ ਚਾਹ ਪਾਣੀ, ਬਾਹਰ ਫਾਸਟ ਫੂਡ। ਸਭ ਤੋਂ ਬੈਸਟ ਚੀਜ਼ ਅੱਜ ਮੌਸਮ ਵਧੀਆ, ਧੁੱਪ ਨਿਕਲਿਆ ਹੋਵੇ ਬਸ। ਲਓ ਬਈ ਤੜਕੇ ਤੜਕੇ ਚੱਕ ਲਿਆ ਸੇਬ, ਉੱਠ ਗਏ ਸਾਰ। ਦੀਦੀ ਦਾ ਹਾਲੇ ਮੇਕਅਪ ਹੋਣਾ ਸਟਾਰਟ, ਇੱਧਰ ਭਾਬੀ ਜੀ ਤਿਆਰ ਹੋ ਰਹੇ ਕਿਉਂਕਿ ਇਹਨਾਂ ਨੇ ਸਾਰੇ ਕੰਮ ਕਰਨੇ ਆ, ਪਹਿਲਾਂ ਇਹਨਾਂ ਨੂੰ ਰੈਡੀ ਕਰਕੇ ਇਹਨਾਂ ਨੂੰ ਭੇਜ ਦੇਣਾ ਬਾਹਰ। ਨਵੂ ਕਿਵੇਂ ਬਾਹਰ, ਮਤਲਬ ਕਿ ਬਾਹਰ ਇੱਧਰ ਸਾਡੀ ਬਰਾਈਡ ਆ ਗਈ ਆ, ਬੈਠਣ ਲੱਗੀ ਆਪਣੀ ਸੀਟ ਤੇ, 3 ਘੰਟੇ ਹਿੱਲਣਾ ਨੀ ਉਹਨੇ ਇੱਥੋਂ। ਇੱਧਰ ਲਾਲੀ ਦੀਆਂ ਲਟੋਰੀਆਂ ਹੋਣ ਲੱਗੀਆਂ ਹੁਣ। ਲਟੋਰੀਆਂ ਨਵਾਂ ਸ਼ਬਦ ਲੱਭਿਆ, ਲਟੋਰੀਆਂ ਫਿਰ ਕੀ ਹੋ ਗਿਆ, 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 ਲਟੋਰੀਆਂ ਹੀ ਕੱਢਣੀਆਂ। ਬਠਿੰਡੇ 100 ਰੁਪਏ ਦੇ ਮਿਲਦੇ ਤੇ ਇੱਥੇ 1000 ਦੇ ਮਿਲੇ, ਇੰਨੇ ਬਹੁਤ ਜ਼ਿਆਦਾ ਨਜਾਇਜ਼ ਮਹਿੰਗੇ, 10 ਗੁਣਾ ਮਹਿੰਗੇ ਮਿਲੇ। ਮਤਲਬ ਇੰਨੇ ਫੁੱਲ, ਮਤਲਬ ਮੈਨੂੰ ਸੋਨੀਆ ਨੇ ਕਿਹਾ ਸੀਗਾ ਵੀ ਭਾਜੀ 200 ਰੁਪਏ ਦੇ ਤੁਹਾਨੂੰ ਇੰਨੇ ਫੁੱਲ ਮਿਲਣਗੇ, ਤੇ ਇਹ ਮੈਂ 1000 ਰੁਪਏ ਦੇ ਪਵਾ ਕੇ ਲਿਆਇਆ। 200 ਦਾ ਤਾਂ ਮੈਨੂੰ ਉਹਨੇ ਇੱਕ ਮੰਨ ਲਓ ਵੀ ਫੁੰਜਾ ਜਿਹਾ ਦੇਤਾ ਅਤੇ ਕਹਿੰਦਾ ਬਾਈ ਇੰਨੇ ਹੀ ਆਉਣਗੇ 200 ਦੇ ਤਾਂ। ਹੁਣ ਦੱਸੋ ਖੜ੍ਹੇ ਪੈਰ ਬੰਦਾ ਕਰੇ ਕੀ, ਡੰਡੇ ਵੀ ਨਹੀਂ ਜਾ ਸਕਦੇ। ਨਿਕਲ ਜਾਣਾ
ਇਸ ਮੇਰੇ ਲਿਪਸਟਿਕ ਲਗਾ ਦੇ ਨਾ। ਹਾਂਜੀ ਆ ਗੱਡੀ 'ਚ ਬਹਿ ਕੇ ਕਰ ਦਿੰਦੀ ਹਾਂ। Thank you.
ਵਾਹਿ ਹਰ ਮਨ ਤਨ ਮੇਖਾ ਲਾਇਆ ਬਲਰਾਮ ਜੀਉ ਹਰ ਮੇਖਾ ਲਾਇਆ ਮੇਰੇ ਪ੍ਰਭ ਭਾਇਆ ਅਨੰਦਨ ਹਰ ਲਿਵ ਲਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਜੀਵਾ ਖਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਗਾਸੀ ਜਨ ਨਾਨਕ ਬੋਲੇ ਚੌਥੀ ਦਾਨ ਹਰ ਪਾਇਆ ਪ੍ਰਭ ਅਵਨਾਸੀ ਜਨ ਨਾਨਕ ਬੋਲੇ ਚੌਥੀ ਦਾਨ ਹਰ ਪਾਇਆ ਪ੍ਰਭ ਅਵਨਾਸੀ ਚੌਥੀ ਦਾਨ ਸ਼ਗਨ ਕਰ ਰਹੇ ਹੈਗੇ ਇਹਨਾਂ ਦੇ ਇੱਧਰ ਕਰਦੇ ਆ ਨਾ ਸ਼ਗਨ ਮੈਂ ਕਦੇ ਕੀਤਾ ਸੀ ਇਧਰੋਂ ਮਾਸ ਕੰਮ ਕੇ ਬਾਰੇ ਨਾਲ
ਨੂੰ ਨੀ ਪਾਈ ਜਿਸ ਦੇ ਮੈਂ ਪੁੱਤ ਕੋ ਦਿਧਾਤਾ ਹਰ ਰਸਤੇ ਨਹੀਂ ਜਾਤਾ ਜਮ ਕੰਕਰ ਨੇੜ ਨਾ ਆਇਆ ਪੁਨੀਤ ਕਰਨੀ ਨੇ ਕਰ ਕਿਰਪਾ ਹਰ ਜਾ ਅੱਜ ਤਾਂ ਵਾਰੀ ਨਹੀਂ ਆਉਂਦੀ ਪਈ ਇੰਨੇ ਵਿਆਹ ਆਏ ਸੀ ਅੱਜ ਦੀ ਡੇਟ 'ਚ ਪਰ ਅਸੀਂ ਪਹਿਲਾਂ ਲੈ ਲਈ ਵਾਰੀ ਆਪਾਂ ਨੂੰ ਮੰਨੀ ਲਓ ਵੀ ਵਧਾਈਆਂ ਬਣ ਗਈਆਂ ਅਤੇ ਆਨੰਦ ਕਾਰਜ ਦੀ ਰਸਮ ਹੈ ਜਿਹੜੀ ਉਹ ਪੂਰੀ ਹੋ ਗਈ ਅਸਲ ਦੇ ਵਿੱਚ ਕਾਹਲੀ ਇੱਦਾਂ ਪੈ ਗਈ ਕਿਉਂਕਿ ਇਸ ਗੁਰੂ ਘਰ ਨਾ ਆਨੰਦ ਕਾਰਜ ਹੋਰ ਵੀ ਨੇ ਬਾਅਦ ਦੇ ਵਿੱਚ ਹੁਣ ਤਿੰਨ ਆਨੰਦ ਕਾਰਜ ਹੋ ਗਏ ਨੇ ਅਤੇ ਉਹਦੇ ਕਰਕੇ ਸਾਨੂੰ ਐਂ ਸੀ ਵੀ ਜੇ ਸਾਡੀ ਵਾਰੀ ਪਹਿਲਾਂ ਉਹਨਾਂ ਨੇ ਦਿੱਤੀ ਹੋਈ ਸੀਗੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਅਤੇ ਨਹੀਂ ਫਿਰ ਸਾਨੂੰ ਇੱਥੇ ਤਿੰਨ ਵੱਜਣੇ ਸੀਗੇ ਅਤੇ ਹੁਣ ਇੱਦਾਂ ਵੀ ਇਸ ਤੋਂ ਬਾਅਦ ਜਿਹੜਾ ਫੰਕਸ਼ਨ ਆ ਉਹ ਟਾਈਮ ਨਾਲ ਹੋ ਜੂਗਾ ਹੈ ਨਾ ਅਤੇ ਉਹਦੇ ਕਰਕੇ ਹੁਣ ਮਗਰ ਗੱਡੀਆਂ ਖੜੀਆਂ ਗੱਡੀਆਂ ਪਾਸੇ ਕਰਾਉਂਦੇ ਆ ਅਤੇ ਬਾਕੀ ਕਾਲੀ ਕੁਲੀ ਦੇ ਵਿੱਚ ਉਵੇਂ ਹੀ ਮੈਂ ਤਾਂ ਲੂਣ ਲਾਂ ਜੇ ਲਾਏ ਨਹੀਂ ਇਹਦੇ ਤੋਂ ਉਵੇਂ ਚੱਕੀ ਫਿਰਦਾ ਚਲੋ ਕੋਈ ਗੱਲ ਨਹੀਂ ਐਂ ਚੱਲਦਾ ਹੁੰਦਾ ਕੰਮ ਅਤੇ ਬਾਕੀ ਹੁਣ ਚੱਲਦੇ ਪੈਲਸ ਦੇ ਵਿੱਚ ਅਤੇ ਫਿਰ ਉੱਥੇ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੈਕ ਟੂ ਬੈਕ ਗੱਲ ਬੈਕ ਟੂ ਨਾਲ ਸੰਬਰ ਸੈਂਟਰ ਓਕੇ ਗੇਟ ਸਾਹਮਣੇ ਓਕੇ ਜੀ ਜੋ ਤੁਸੀਂ ਕੰਬਲ ਲਿਆ
ਜੀ ਬੈਕ ਤੋਂ ਨਾਲ ਹੋ ਜੀ ਕੰਬਲ ਸਹੀ ਸੈਂਟਰ ਤੋਂ ਨਾਲ ਉੱਪਰ ਉੱਪਰ ਕਰੋ ਓਕੇ ਉੱਪਰ ਕਰੋ ਕੰਬਲ ਦਾ ਸੈਟ ਵੇਟ ਕਰੋ ਓਕੇ ਹੁਣ ਮੇਰੇ ਤਾਂ 2000 ਦਾ ਤੁਸੀਂ ਆ ਜਾਓ ਵੇਟ ਕਰਿਓ ਕਰੋ ਕੀ ਓਪਨ ਰੱਖ ਲਓ ਜੀ ਥਾਲੀ ਸਣੀ ਰੱਖ ਲਓ ਦੇਖੋ ਸਾਹਮਣੇ ਇੱਦਾਂ ਥੋੜ੍ਹੀ ਉੱਪਰ ਕਰ ਥਾਲੀ ਓਕੇ ਦੇਖੋ ਸਾਹਮਣੇ ਇੱਧਰ ਏ ਸੀ ਰੱਖਿਓ ਥੋੜ੍ਹੀ ਡੱਬੀ ਇੱਧਰ ਲੇਟ ਸਾਹਮਣੇ ਠੀਕ ਹੈ ਬੈਠੋ 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 ਦੇਖੋ ਸਾਹਮਣੇ ਤੁਹਾਨੂੰ ਠੀਕ ਹੈ ਜੀ ਬਸ ਹਾਂਜੀ ਹਾਂਜੀ ਆਪਣੇ ਕੰਨੀ ਨਹੀਂ ਹੈ ਹਨਾ ਆਪਣੇ ਕੰਨੀ ਨਹੀਂ ਕਰਦੇ ਇਦਾਂ ਨਹੀਂ ਜਿਹੜਾ ਬਾਜ ਰਿਹਾ ਉਹ ਕਿਸੇ
ਉਹ ਵੀ ਚੱਕ ਲਓ ਆਪਣੇ ਬਸ ਅੱਧੀ ਟੱਕੀ ਕਰ ਲਓ ਮੈਂ ਕਲਾਸ ਤੋਂ ਨਾਨਕਾ ਗੈਂਗ ਵੀ ਆ ਚੁੱਕੀ ਆ, ਮਾਸੀ ਗੈਂਗ ਵੀ, ਮਾਮਾ ਸੁੱਕੇ ਲੱਗੇ ਹੋਏ ਵੈਬਸਾਈਟ ਤੇ ਫੋਟੋ ਸ਼ੂਟ ਹੋ ਰਿਹਾ ਲਓ ਜੀ, ਤੁਹਾਨੂੰ ਪ੍ਰੀ ਵੈਡਿੰਗ ਵਾਲੀਆਂ ਫੋਟੋਆਂ ਤਾਂ ਦਿਖਾ ਦਈਏ। ਹਾਂ ਆ ਪ੍ਰੀ ਵੈਡਿੰਗ ਦਾ ਜਿਹੜੀਆਂ ਉੱਥੇ ਕੀਤੀਆਂ ਸੀ ਰੇਲਵੇ ਸਟੇਸ਼ਨ 'ਤੇ, ਪਪੂਲਰਾਂ ਕੋਲ, ਲੇਕ ਕੋਲ, ਅਤੇ ਆਹ ਐਲਬਮ ਆ, ਅਤੇ ਬਾਕੀ ਆਪਾਂ ਜਿਹੜਾ ਆ ਮੌਜੂਦਗੀ ਆ ਚੁੱਕਾ ਹੈ, ਕਿਉਂਕਿ ਨਾਗਰਾ ਐਂਡ ਬਰਾੜ ਪਰਿਵਾਰ ਨੇ ਉਸ ਦਾ
ਤੁਹਾਡੇ ਇੰਤਜ਼ਾਰ ਦੀਆਂ ਕੜੀਆਂ ਖਤਮ ਹੁੰਦੀਆਂ ਜੋੜੀ ਸਾਡੇ ਵਿੱਚ ਘਰ ਪਹੁੰਚ ਤੇਰੇ ਦੁੱਖ ਵੰਡਾਵੇ ਕਿਹੜਾ ਅੱਜ ਕਰੇ ਪਰਾਈ ਵੇ ਸੱਜਣਾ ਦਾ ਸਹਾਰਾ ਤੇਰੇ ਬਿਨਾਂ ਨਾ ਗੁਜ਼ਾਰ